ਨੇ ਲੋਕਾਂ ਨਾਲ ਝੂਠ ਬੋਲਿਆ। ਉਹਨਾਂ ਕਿਹਾ ਕਿ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਕਾਂਗਰਸ ਨੇ ਲੋਕ ਭਲਾਈ ਦੀਆਂ ਸਕੀਮਾਂ ਬੰਦ ਕੀਤੀਆਂ। ਕਾਂਗਰਸ ਗਰੀਬਾਂ ਦੇ ਹੱਕ ਦੀ ਸਰਕਾਰ ਨੇ। ਕਾਂਗਰਸ ਦੇ ਦੌਰਾਨ ਚ ਕੱਲੇ ਪੈਸੇ ਲੁੱਟਣ ਤੇ ਲੱਗ ਜਾਂਦੇ ਆ। ਦੇਖੋ 2 ਸਾਲ ਹੋ ਗਏ ਮੁੱਖ ਮੰਤਰੀ ਕਾਂਗਰਸ ਦੇ ਬਣੇ ਨੂੰ, ਰਾਜੇ ਨੂੰ। ਐ ਲੱਗਦਾ ਕਿ ਸਰਕਾਰ ਪੰਜਾਬ 'ਚ ਕੋਈ ਹੈ? ਐ ਲੱਗਦਾ ਕਿ ਗੱਡੀ ਚੱਲੀ ਜਾਂਦੀ ਹੈ, ਡਰਾਈਵਰ ਹੈ ਹੀ ਨਹੀਂ। ਉਹਨਾਂ ਦੇ ਬੱਚਿਆਂ ਨੇ ਕਿਹਾ, ਬਜ਼ੁਰਗੋ ਕੈਪਟਨ ਨੇ ਸਹੁੰ ਖਾਧੀ ਹੈ, ਗੁਰੂ ਦੀ ਸਹੁੰ ਖਾਧੀ ਹੈ। ਕੈਪਟਨ ਮੁਕਰੂਗਾ ਨਹੀਂ, ਆਪਣੇ ਸਿਰ ਤੇ 25 ਲੱਖ ਕਰਦਾ ਕੈਪਟਨ ਲਾ ਦੂੰਗਾ, ਅਗਲੀ ਵਾਰ ਫਿਰ ਤੋਂ ਅਕਾਲੀ ਦਲ ਨੂੰ ਵੋਟ ਪਾ ਦਾਂਗੇ। ਗੁਮਰਾਹ ਹੋ ਕੇ ਵੋਟਾਂ ਪੈ ਗਈਆਂ, ਸਰਕਾਰ ਬਣਾ ਲਈ। ਸਰਕਾਰ ਬਣਾਉਣ ਦੇ 1 ਹਫ਼ਤੇ ਬਾਅਦ ਹੀ ਕੈਪਟਨ ਨੇ ਕਹਿਤਾ ਕਿ ਮੈਂ ਅਗਲਾ ਇਲੈਕਸ਼ਨ ਹੀ ਨਹੀਂ ਲੜਨਾ। ਮਤਲਬ ਹੁਣ ਫੜ ਲਓ ਪੂਛੋ।